ਇਹ ਧਰਨਾ ਅਸੀਂ ਜਿਹੜੇ ਖਾਲੀ ਚੈੱਕ ਇਹਨਾਂ ਨੇ ਗੈਰ ਕਾਨੂੰਨੀ ਰੱਖੇ ਹੋਏ ਸਾਰੀਆਂ ਬੈਂਕਾਂ ਨੇ ਉਹਨਾਂ ਤੋਂ ਵਾਪਸ ਕਰਾਉਣ ਵਾਸਤੇ ਲਾਇਆ। ਅਸੀਂ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਾਂ। ਪਹਿਲਾਂ ਮੋਗੇ ਵੀ 5 ਦਿਨ ਦਾ ਧਰਨਾ ਲਾਇਆ ਸੀ ਇਹਨਾਂ ਦੀ ਲੀਡ ਬੈਂਕ ਦੇ ਅੱਗੇ। ਉਸ ਤੋਂ ਬਾਅਦ ਅਸੀਂ 7 ਜਥੇਬੰਦੀਆਂ ਨੇ ਲੁਧਿਆਣੇ ਧਰਨਾ ਲਾਇਆ। ਲੁਧਿਆਣੇ ਜੋ ਸਰਕਾਰ ਦੇ ਨਾਲ ਸਾਡੀ ਕਮਿਟਮੈਂਟ ਹੋਈ ਆ ਉਹ ਮੰਨੇ ਆ ਕਿ ਇਹ ਗੈਰ ਕਾਨੂੰਨੀ ਆ, ਇਹਨੂੰ ਅਸੀਂ ਤੁਹਾਨੂੰ ਵਾਪਸ ਕਰ ਦਿਆਂਗੇ। 7 ਦਿਨ ਦਿੱਤੇ ਸੀ ਉਹਨਾਂ ਨੇ ਸਾਰੀਆਂ ਬੈਂਕਾਂ ਨੂੰ ਕਿ ਅਸੀਂ ਸਾਰੀਆਂ ਬੈਂਕਾਂ ਨੂੰ ਆਰਡਰ ਕਰਦੇ ਹਾਂ, ਨੋਟਿਸ ਕੱਢਦੇ ਹਾਂ, 7 ਦਿਨਾਂ ਦੇ ਵਿੱਚ ਬੈਂਕਾਂ ਤੁਹਾਨੂੰ ਜਿਹੜੇ ਖਾਲੀ ਚੈੱਕ ਗੈਰ ਕਾਨੂੰਨੀ ਲਏ ਹੋਏ ਆ ਉਹ ਸਾਰੇ ਵਾਪਸ ਕਰਨਗੀਆਂ। ਅਸੀਂ ਇਹਨਾਂ ਦਾ ਇੰਤਜ਼ਾਰ ਕਰਕੇ ਵੇਟ ਕਰਕੇ ਉਸ ਤੋਂ ਬਾਅਦ ਇਹਨਾਂ ਦੇ ਅਧਿਕਾਰੀਆਂ ਨੂੰ ਅਸੀਂ ਬਲਾਕ ਪੱਧਰ 'ਤੇ ਮਿਲੇ ਹਾਂ। ਇਹ ਅਧਿਕਾਰੀ ਵੀ ਮੇਰੇ ਕੋਲ ਘਰ ਵੀ ਗਏ ਸੀ। ਇਹਨਾਂ ਨੂੰ ਉਦੋਂ ਵੀ ਅਸੀਂ ਕਿਹਾ ਸੀਗਾ ਤੁਸੀਂ ਜਿਹੜੇ ਚੈੱਕ ਆ ਉਹ ਸਾਨੂੰ ਵਾਪਸ ਕਰ ਦਿਓ, ਜਿਹੜਾ ਕਿ ਹਾਈ ਕੋਰਟ ਦਾ ਫੈਸਲਾ ਹੈ, ਜਿਹੜਾ ਰੰਧਾਵਾ ਸਾਹਿਬ ਨੇ ਵੀ ਸਾਡੇ ਨਾਲ ਜਿਹੜਾ ਪ੍ਰੋਮਿਸ ਕੀਤਾ ਸਰਕਾਰ ਨੇ ਉਹਦੇ ਮੁਤਾਬਕ ਸਾਰਾ ਜਿਹੜਾ ਕੁਛ ਗੱਲਬਾਤ ਹੋ ਚੁੱਕੀ ਹੈ ਉਸ ਨੂੰ ਲਾਗੂ ਕਰਾਉਣ ਵਾਸਤੇ ਅਸੀਂ ਇਹਨਾਂ ਨੂੰ ਰਿਕੁਐਸਟ ਦੇ ਤੌਰ 'ਤੇ ਕਿਹਾ ਸੀ ਕਿ ਤੁਸੀਂ ਸਾਨੂੰ ਖਾਲੀ ਚੈੱਕ ਜਿਹੜੇ ਵਾਪਸ ਕਰ ਦਿਓ, ਅਸੀਂ ਤੁਹਾਡਾ ਨਾ ਅਸੀਂ ਕੋਈ ਸਾਨੂੰ ਧਰਨਾ ਲਾਉਣਾ ਪਵੇ, ਨਾ ਤੁਸੀਂ ਪਰੇਸ਼ਾਨ ਹੋਵੋ, ਜਿਹੜਾ ਕਾਨੂੰਨ ਦੀ ਤੁਸੀਂ ਵੀ ਪਾਲਣਾ ਕਰੋ ਅਤੇ ਕਿਸਾਨ ਵੀ ਜਿਹੜਾ ਸੌਖਾ ਸਾਹ ਲੈ ਲੈਣ। ਸੋ ਇਹਨਾਂ ਨੇ ਉਸ ਗੱਲ ਨੂੰ ਅਣਗੌਲਿਆਂ ਕੀਤਾ। ਉਸ ਤੋਂ ਬਾਅਦ ਵੀ ਅਸੀਂ 1-2 ਵਾਰੀ ਬਲਾਕ ਪ੍ਰਧਾਨ ਗੁਰਪਿੰਦਰ ਸਿੰਘ ਕੋਖਰੀ ਕਲਾਂ ਅਤੇ ਦਾਸ ਅਤੇ ਹੋਰ ਸਾਡੀ ਕਮੇਟੀ ਦੀ ਟੀਮ ਹੈ ਜਿਹੜੀ ਸਾਡੀ ਮਿਲੀ ਹੈ ਇਹਨਾਂ ਨੂੰ, ਇਹਨਾਂ ਨੇ ਸਾਨੂੰ ਸਾਫ਼ ਜਵਾਬ ਦਿੱਤਾ ਕਿ ਸਾਡੇ ਕੋਲ ਕੋਈ ਆਰਡਰ ਨਹੀਂ ਆਇਆ, ਅਸੀਂ ਚੈੱਕ ਨਹੀਂ ਵਾਪਸ ਕਰਦੇ, ਨਾ ਅਸੀਂ ਉਹਦੀ ਲਿਸਟ ਦੇ ਸਕਦੇ ਹਾਂ। ਕੱਲ੍ਹ ਫਿਰ ਅਸੀਂ ਇਹਨਾਂ ਕੋਲ ਧਰਨਾ ਲਾਇਆ ਸੀ ਮਜਬੂਰ ਹੋ ਕੇ। ਅਸੀਂ ਸ਼ਾਂਤੀ ਧਰਨਾ ਰੱਖਿਆ ਸੀ, ਪਾਸੇ ਰੱਖਿਆ ਸੀ ਕੋਈ ਜਿਹੜੀ ਆਮ ਪਬਲਿਕ ਆਉਂਦੀ ਆ ਕਿ ਉਹਨੂੰ ਕੋਈ ਪਰੇਸ਼ਾਨੀ ਨਾ ਮਿਲੇ, ਉਹ ਆਪਣਾ ਜਿਹੜਾ ਕਾਰੋਬਾਰ ਇਵੇਂ ਚੱਲਦਾ ਰਹੇ। ਫਿਰ ਪੁਲਿਸ ਅਧਿਕਾਰੀ ਆਏ ਆ 2:30 ਵਜੇ, ਉਹਨਾਂ ਨੇ ਕਿਹਾ ਤੁਸੀਂ ਅੱਗੇ ਕੰਮ ਨਾ ਵਧਾਇਓ, ਅਸੀਂ ਮੁਲਾਜ਼ਮਾਂ ਨਾਲ ਗੱਲਬਾਤ ਕਰਕੇ ਜਿਹੜੇ ਬੈਂਕ ਅਧਿਕਾਰੀ ਆ ਤੁਹਾਡੀ ਜਿਹੜੀ ਗੱਲਬਾਤ ਕਰਾ ਦਿੰਦੇ, ਮੀਟਿੰਗ ਕਰਾ ਦਿੰਦੇ ਆ, ਉਹ ਤੁਹਾਡੇ ਨਾਲ ਪ੍ਰੋਮਿਸ ਕਰਨਗੇ ਅਸੀਂ ਕਦੋਂ ਦਿੰਦੇ ਚੈੱਕ। ਅਸੀਂ ਕਿਹਾ ਚਲੋ ਠੀਕ ਆ, ਸਾਨੂੰ ਤਾਂ ਚੈੱਕ ਮਿਲਣੇ ਚਾਹੀਦੇ ਆ, ਪ੍ਰੋਮਿਸ ਕਰ ਲੈਣਾ, ਸਾਡਾ ਕੋਈ ਇਹੋ ਜਿਹਾ ਮਕਸਦ ਨਹੀਂ ਕਿਸੇ ਨੂੰ ਪਰੇਸ਼ਾਨ ਕਰਨ ਦਾ। ਪਰ ਪੁਲਿਸ ਅਧਿਕਾਰੀਆਂ ਨੇ ਸਾਡੇ ਨਾਲ ਵੀ ਧੋਖਾ ਕੀਤਾ, ਇਹਨਾਂ ਨੂੰ ਰੋਟੀ ਪਾਣੀ ਦੇ ਬਹਾਨੇ ਹੀ 3 ਵਜੇ ਹੀ, 5 ਵਜੇ ਬੈਂਕ ਬੰਦ ਹੁੰਦੀ ਆ, 3 ਵਜੇ ਹੀ ਉਹਨਾਂ ਨੂੰ ਕੱਢ ਕੇ ਚੋਰੀ ਲੈ ਗਏ ਇੱਥੋਂ, ਸਾਡੇ ਨਾਲ ਇਹਨਾਂ ਨੇ ਚੀਟਿੰਗ ਕੀਤੀ ਆ। ਇਸ ਕਰਕੇ ਅੱਜ ਅਸੀਂ ਵੱਡੇ ਪੱਧਰ 'ਤੇ ਜ਼ਿਲ੍ਹੇ ਵਾਈਜ਼ ਦਾ ਧਰਨਾ ਇੱਥੇ ਲਾਇਆ ਵਾ ਬੈਂਕ ਦੇ ਮੂਹਰੇ। ਆਉਂਦਿਆਂ ਹੀ ਅਸੀਂ ਇਸ ਕਰਕੇ ਸਾਨੂੰ ਮਜਬੂਰ ਕੀਤਾ ਇਹਨਾਂ ਨੇ, ਇਹਨਾਂ ਦੀ ਜਿਹੜੀ ਕੱਲ੍ਹ ਦੀ ਹਰਕਤ ਸੀ ਉਹਨੇ, ਇਸ ਕਰਕੇ ਅਸੀਂ ਅੱਜ ਆਉਂਦਿਆਂ ਨੇ ਘਰਾਓ ਕੀਤਾ। ਇਹ ਘਰਾਓ ਉਦੋਂ ਤੀਕਰ ਚੱਲੂਗਾ ਜਦੋਂ ਤੀਕਰ ਇਹ ਜਿਹੜੇ ਗੈਰ ਕਾਨੂੰਨੀ ਚੈੱਕ ਲਏ ਹੋਏ ਆ ਉਹ ਵਾਪਸ ਨਹੀਂ ਕਰਦੇ। ਬੈਂਕ ਮੂਹਰੇ ਧਰਨਾ ਸਾਨੂੰ ਤਾਂ ਲਾਉਣਾ ਪਿਆ ਵੀ ਇਸ ਬੈਂਕ ਦੇ ਅਧਿਕਾਰੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮ ਨੂੰ ਮੰਨਣ ਤੋਂ ਇਨਕਾਰੀ ਆ। ਬਕਾਇਦਾ ਇਹਨਾਂ ਨੂੰ ਪਰਸੋਂ ਡੈਪੂਟੇਸ਼ਨ ਮਿਲੇ ਸੀ, ਉਦੋਂ ਵੀ ਕੋਈ ਲੜ ਨਹੀਂ ਫੜਾਇਆ। ਕੱਲ੍ਹ 1 ਦਿਨ ਦਾ ਧਰਨਾ ਬਿਨਾਂ ਘਰਾਓ ਤੋਂ ਲਾਇਆ ਸੀ, ਉਦੋਂ ਵੀ ਕੋਈ ਲੜ ਨਹੀਂ ਫੜਾਇਆ, ਸਗੋਂ ਚੋਰਾਂ ਵਾਂਗੂ ਪੁਲਿਸ ਦੀ ਛਤਰ ਛਾਇਆ ਥੱਲੇ। ਪੁਲਿਸ ਦੇ ਅਧਿਕਾਰੀ ਵੀ ਕਹਿ ਕੇ ਗਏ ਅਸੀਂ ਅੰਦਰ ਗੱਲ ਕਰਕੇ ਤੁਹਾਡੀ ਮੀਟਿੰਗ ਕਰਾਉਂਦੇ ਹਾਂ, ਮਸਲਾ ਹੱਲ ਕਰਾਉਂਦੇ ਹਾਂ, ਉਹ ਵੀ ਇਹਨਾਂ ਦੇ ਨਾਲ ਰਲ ਕੇ ਉਹਨਾਂ ਦੀ ਛਤਰ ਛਾਇਆ ਥੱਲੇ 3 ਵਜੇ ਹੀ ਬੈਂਕ ਬੰਦ ਕਰਕੇ ਚਲੇ ਗਏ, ਹਾਲਾਂਕਿ ਟਾਈਮ 5 ਵਜੇ ਖਤਮ ਹੁੰਦਾ ਬੈਂਕ ਦਾ। ਇਸ ਕਰਕੇ ਅੱਜ ਅਸੀਂ ਮੁਕੰਮਲ ਘਰਾਓ ਸ਼ੁਰੂ ਕਰ ਲਿਆ, ਕਿਉਂਕਿ ਹਾਈ ਕੋਰਟ ਨੇ ਹੁਕਮ ਜਾਰੀ ਕੀਤਾ 22 ਫਰਵਰੀ ਨੂੰ ਕਿ ਜਿਹੜੇ ਬੈਂਕਾਂ ਨੇ ਖਾਲੀ ਚੈੱਕਾਂ 'ਤੇ ਦਸਤ ਕਰਵਾ ਕੇ ਰੱਖੇ ਹੋਏ ਆ ਉਹ 1 ਹਫ਼ਤੇ ਦੇ ਅੰਦਰ ਅੰਦਰ ਵਾਪਸ ਕੀਤੇ ਜਾਣ। ਪਰ ਇਹ ਅਧਿਕਾਰੀ ਅਜੇ ਤੱਕ ਹਾਈ ਕੋਰਟ ਦੀ ਗੱਲ ਸੁਣਨ ਨੂੰ ਤਿਆਰ ਨਹੀਂ, ਉਹਦਾ ਹੁਕਮ ਮੰਨਣ ਨੂੰ ਤਿਆਰ ਨਹੀਂ। ਇਹਨਾਂ ਦੇ ਲੀਡ ਬੈਂਕ ਨੇ ਪੰਜਾਬ ਨੈਸ਼ਨਲ ਬੈਂਕ, ਪੂਰੇ ਪੰਜਾਬ ਦਾ ਲੀਡ ਬੈਂਕ ਹੈ, ਉਹਨੇ ਹਦਾਇਤਾਂ ਭੇਜ ਤੀਆਂ ਸਾਰੇ ਬੈਂਕਾਂ ਨੂੰ
ਇਹਨਾਂ ਦੇ ਲੀਡ ਬੈਂਕ ਜਿਹੜਾ ਮੋਗੇ ਜ਼ਿਲ੍ਹੇ ਦਾ ਉਹਨੂੰ ਵੀ ਹਦਾਇਤ ਪਹੁੰਚ ਚੁੱਕੀ ਹੈ। ਉਹਦੇ ਕੋਲੋਂ ਸਰਕਾਰੀ ਤੌਰ 'ਤੇ ਇੰਟੈਲੀਜੈਂਸ ਹੈ ਜਿਹੜੀ ਪੰਜਾਬ ਪੁਲਿਸ ਦੀ ਇੰਟੈਲੀਜੈਂਸ, ਉਹ ਰਿਪੋਰਟ ਵੀ ਮੰਗ ਚੁੱਕੀ ਆ ਵੀ ਕਿੰਨੇ ਕੇਸ ਵਾਪਸ ਕਰਤੇ ਤੁਹਾਡੇ ਜ਼ਿਲ੍ਹੇ ਦੇ ਵਿੱਚ, ਚੈੱਕ ਕਿੰਨੇ ਵਾਪਸ ਕਰਤੇ, ਕਿੰਨੇ ਰਹਿੰਦੇ ਆ, ਇਹ ਰਿਪੋਰਟ ਵੀ ਮੰਗੀ ਜਾ ਚੁੱਕੀ ਹੈ ਇੰਟੈਲੀਜੈਂਸ ਵੱਲੋਂ, ਜਾਣੀ ਪੰਜਾਬ ਸਰਕਾਰ ਵੱਲੋਂ। ਪਰ ਇਹ ਪੰਜਾਬ ਸਿੰਧ ਬੈਂਕ ਲੀਡ ਬੈਂਕ ਮੋਗਾ ਜ਼ਿਲ੍ਹੇ ਦਾ, ਇਹ ਉਹਦੀ ਬ੍ਰਾਂਚ ਹੈ, ਇਹ ਉਹਦੀ ਵੀ ਗੱਲ ਸੁਣਨ ਨੂੰ ਤਿਆਰ ਨਹੀਂ, ਉਹਦੀ ਗੱਲ ਵੀ ਮੰਨਣ ਨੂੰ ਤਿਆਰ ਨਹੀਂ। ਇਸ ਕਰਕੇ ਸਾਡਾ ਇੱਕ ਰੌ ਚੱਲ ਰਿਹਾ ਹਾਈ ਕੋਰਟ ਦਾ ਉਹ ਹੁਕਮ ਲਾਗੂ ਕਰਾਉਣ ਵਾਸਤੇ, ਕਿਸਾਨਾਂ ਦਾ ਗੈਰ ਕਾਨੂੰਨੀ ਧੱਕੇਸ਼ਾਹੀ ਤੋਂ ਖਹਿੜਾ ਛਡਾਉਣ ਵਾਸਤੇ, ਕਿਉਂਕਿ ਕੋਈ ਕਾਨੂੰਨ ਨਹੀਂ ਹੈ ਦੇਸ਼ ਦੇ ਵਿੱਚ ਖਾਲੀ ਚੈੱਕਾਂ 'ਤੇ ਦਸਤ ਕਰਵਾ ਕੇ ਰੱਖਣ ਦਾ। ਇਹ ਖੁਦ ਇੱਥੋਂ ਦਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਉਹਦੇ ਨਾਲ ਦੋ ਮੀਟਿੰਗਾਂ ਹੋਈਆਂ, ਉਹਨਾਂ 'ਚ ਮੰਨ ਚੁੱਕਿਆ ਵੀ ਹਾਂ ਕਾਨੂੰਨ ਤਾਂ ਹੈ ਨਹੀਂ। ਅਤੇ ਸਾਡੇ ਕੋਲੋਂ ਰਜਿਸਟਰੀਆਂ ਵੀ ਕਰਵਾਉਂਦੇ ਆ ਜ਼ਮੀਨ ਦੀਆਂ, ਜਦੋਂ ਲੋਨ ਦਿੰਦੇ ਆ ਗਰੰਟਰ ਵੀ ਲੈਂਦੇ ਆ ਪਿੰਡ ਦੇ ਵਿੱਚੋਂ ਦੋ ਦੋ ਗਰੰਟਰ, ਅਤੇ ਫਿਰ ਆ ਤੀਜੀ ਗਰੰਟੀ ਦਾ ਕੀ ਕੰਮ ਹੈ ਗੈਰ ਕਾਨੂੰਨੀ? ਇਹ ਸਰਾਸਰ ਧੱਕੇਸ਼ਾਹੀ ਹੈ। ਇਹ ਧੱਕੇਸ਼ਾਹੀ ਖਤਮ ਕਰਾਉਣ ਵਾਸਤੇ ਅਸੀਂ ਅੱਜ ਇੱਥੇ ਬੈਂਕ ਮੂਹਰੇ ਮੁਕੰਮਲ ਘਿਰਾਓ ਸ਼ੁਰੂ ਕੀਤਾ ਬੈਂਕ ਦਾ, ਔਰ ਇਹ ਉਹਨਾਂ ਚਿਰ ਜਾਰੀ ਰਹੂਗਾ ਜਿੰਨਾ ਚਿਰ ਉਹ ਹਾਈ ਕੋਰਟ ਦਾ ਹੁਕਮ ਲਾਗੂ ਨਹੀਂ ਹੁੰਦਾ।